ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸਾਡੇ ਸੁਲਤਾਨਪੁਰ ਲੋਧੀ ਹਲਕੇ ਦੇ ਬਹੁਤ ਹੀ ਜੁਝਾਰੂ ਵਰਕਰ ਅਤੇ ਸਾਡੇ ਇਸ ਸੁਲਤਾਨਪੁਰ ਮੰਡਲ ਦੇ ਸਰਕਲ ਦੇ ਪ੍ਰਧਾਨ ਰਕੇਸ਼ ਪੁਰੀ ਜੀ ਹੋਣਾ ਦੀ ਅਗਵਾਈ ਦੇ ਵਿੱਚ ਅੱਜ ਸਾਡੇ ਇਸ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੀਟੂ ਜੀ, ਰਕੇਸ਼ ਨੀਟੂ ਜੀ, ਕਰਮਜੀਤ ਆਲੀ ਜੀ, ਅਸ਼ਵਨੀ ਤੁਲੀ ਜੀ ਅਤੇ ਹੋਰ ਸਮੁੱਚੇ ਲੀਡਰਸ਼ਿਪ ਨੇ ਬਹੁਤ ਇੱਕ ਵੱਡਾ ਉਪਰਾਲਾ ਕੀਤਾ ਕਿ ਸਾਡੇ ਸੁਲਤਾਨਪੁਰ ਲੋਧੀ ਦੇ ਬਹੁਤ ਹੀ ਬੁੱਧੀਜੀਵੀ ਸਾਡੇ ਰਜਿੰਦਰ ਸਿੰਘ ਜੀ, ਪ੍ਰਿੰਸੀਪਲ ਸਾਹਿਬ ਰਿਟਾਇਰ, ਅਤੇ ਰਜਿੰਦਰ ਕੁਮਾਰ ਜੀ ਹੁਣੀ ਜੋ ਅੱਜ ਆਪਣੇ ਸਾਥੀਆਂ ਦੇ ਸਮੇਤ ਬੀਜੇਪੀ ਸ਼ਾਮਿਲ ਹੋਏ ਆ, ਅਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਜੀਓ ਆਇਆ ਆਖਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਹ ਜੋ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਦਾ ਸੁਪਨਾ ਆ ਕਿ ਆਪਾਂ ਆਪਣੇ ਦੇਸ਼ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾਉਣਾ ਅਤੇ ਉਸ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਆਪਾਂ ਹਰ ਇੱਕ ਬੰਦਾ, ਹਰ ਇੱਕ ਸਿਪਾਹੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵਾਸਤੇ ਦਿਨ ਰਾਤ ਇੱਕ ਕਰਕੇ ਕੰਮ ਕਰੂਗਾ ਅਤੇ ਆਉਣ ਵਾਲੀਆਂ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਸ ਦੇ ਜੋ ਭਾਰਤੀ ਜਨਤਾ ਪਾਰਟੀ ਦਾ ਇੱਥੋਂ ਉਮੀਦਵਾਰ ਹੋਊਗਾ ਖਡੂਰ ਸਾਹਿਬ ਲੋਕ ਸਭਾ ਤੋਂ, ਉਸ ਨੂੰ ਬਹੁਤ ਭਾਰੀ ਬਹੁਬਾਂ ਦੇ ਨਾਲ ਜਿਤਾ ਕੇ ਅਸੀਂ MP ਜਿਤਾ ਕੇ ਉਹਨੂੰ ਪਾਰਲੀਮੈਂਟ ਭੇਜਾਂਗੇ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਤਾਂ ਪ੍ਰਧਾਨ ਮੰਤਰੀ ਬਣਨਾ ਤੈਅ ਆ ਅਤੇ ਸਾਡਾ ਯੋਗਦਾਨ ਵੀ ਖਡੂਰ ਸਾਹਿਬ ਦਾ ਹਲਕੇ ਦਾ ਉੱਥੇ ਪੈ ਸਕੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਸ਼੍ਰੀ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਮੇਰੇ ਲਈ ਕਿਸਮਤ ਵਾਲਾ ਦਿਨ ਹੈ ਕਿ ਮੈਂ BJP ਦੇ ਵਿੱਚ ਸ਼ਾਮਿਲ ਹੋਇਆ ਹਾਂ। ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਦੀ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹੈ ਮੈਂ, ਤਾਂ ਕਿ ਦੇਸ਼ ਦੀ ਉੱਨਤੀ ਲਈ ਜੋ ਉਹ ਕਰ ਰਹੇ ਨੇ ਕੁਛ ਮੇਰਾ ਵੀ ਯੋਗਦਾਨ ਹੋਵੇ। ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਦੇਸ਼ ਦੀ ਉੱਨਤੀ ਲਈ ਜੋ ਉਹ ਕਰ ਰਹੇ ਨੇ ਉਹਦੇ ਵਿੱਚ ਵੀ ਮੈਂ ਆਪਣਾ ਕੁਛ ਯੋਗਦਾਨ ਪਾਵਾਂ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਖੁਸ਼ ਹਾਂ। ਮੈਨੂੰ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਬਹੁਤ ਪਸੰਦ ਹੈ। ਇਹ ਇੱਕ ਐਸੀ ਪਾਰਟੀ ਹੈ ਜਿਹਨੇ ਜੋ ਵੀ ਆਪਣੇ ਮੈਨੀਫੈਸਟੋ 'ਚ ਕਿਹਾ ਵਾ ਉਹਨੂੰ ਪੂਰਾ ਕੀਤਾ। ਜਿਵੇਂ ਕਿ 370 ਧਾਰਾ ਇਹਨਾਂ ਨੇ ਤੋੜਨ ਵਾਸਤੇ ਪਹਿਲਾਂ ਹੀ ਕਿਹਾ ਸੀ ਉਹਨੂੰ ਤੋੜਿਆ। ਰਾਮ ਮੰਦਿਰ ਬਣਾਉਣ ਵਾਸਤੇ ਇਹਨਾਂ ਨੇ ਕਿਹਾ ਸੀ ਰਾਮ ਮੰਦਿਰ ਬਣਾਇਆ। ਪੁਲਵਾਮਾ ਅਟੈਕ ਦੇ ਉੱਤੇ ਉਹਦਾ ਬਦਲਾ ਲੈਣ ਵਾਸਤੇ ਕਿਹਾ, ਉਹ ਲਿੱਤਾ ਗਿਆ। ਇਸ ਕਰਕੇ ਇਹੀ ਇੱਕ ਪਾਰਟੀ ਹੈ ਜਿਹੜੀ ਦੇਸ਼ ਨੂੰ ਗਾਂਹ ਲਿਜਾ ਸਕਦੀ ਹੈ। ਮੈਂ ਬਹੁਤ ਹੀ ਖੁਸ਼ ਹਾਂ ਕਿ ਅੱਜ ਮੈਂ BJP ਨੂੰ ਜੁਆਇਨ ਕੀਤਾ। ਮੈਂ ਉਹ ਸਾਰੀਆਂ ਡਿਊਟੀਆਂ ਨੂੰ ਨਿਭਾਵਾਂਗਾ ਜੋ ਮੈਨੂੰ ਮੇਰੇ ਆਪਣੇ ਸਰਪ੍ਰਸਤ ਤੋਂ ਕਹਿਣਗੇ। ਮੈਂ ਹਮੇਸ਼ਾ ਹੀ ਇਸ ਪਾਰਟੀ ਵਾਸਤੇ ਕੰਮ ਕਰਦਾ ਰਹਾਂਗਾ। ਜੈ ਹਿੰਦ ਜੀ।